ਫਲੋਰ ਵਿਖੇ ਦੁਆਬਾ ਟੈਂਪੂ ਜਨੂ ਨੇ ਐਸਡੀਐਮ ਫਲੋਰ ਨੂੰ ਦਿੱਤਾ ਇੱਕ ਮੰਗ ਪੱਤਰ, ਕਿਹਾ ਜਗਾੜੂ ਰੇੜੇ ਕੀਤੇ ਜਾਣ ਬੰਦ। ਦਿੱਤਾ ਸੀ ਕਿ ਦੁਆਬਾ ਟੈਂਪੂ ਜਨੂ ਫਲੋਰ ਨੇ ਐਸਡੀਐਮ ਫਲੋਰ ਨੂੰ ਜਗਾੜੂ ਰੇੜੇ ਬੰਦ ਕਰਵਾਉਣ ਲਈ ਇੱਕ ਮੰਗ ਪੱਤਰ ਦਿੱਤਾ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੁਆਬਾ ਟੈਂਪੂ ਜਨੂ ਦੇ ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਕਿ ਅਸੀਂ ਆਪਣੇ ਟਾਟਾ ਏ ਸਾਥੀ ਅਤੇ ਟਾਟਾ 207 ਗੱਡੀਆਂ ਫਾਈਨੈਂਸ ਅਤੇ ਬੈਂਕਾਂ ਵਿੱਚੋਂ ਲੋਨ ਲੈ ਕੇ ਜਨੂ ਵਿੱਚ ਪਾਈਆਂ ਹੋਈਆਂ ਹਨ। ਅਸੀਂ ਆਪਣੀ ਗੱਡੀਆਂ ਦਾ ਸਮੇਂ ਸਿਰ ਸਰਕਾਰਾਂ ਨੂੰ ਹਜ਼ਾਰਾਂ ਰੁਪਏ ਟੈਕਸ ਦਿੰਦੇ ਹਾਂ, ਪਰ ਫਲੋਰ ਸ਼ਹਿਰ ਵਿੱਚ ਬਹੁਤ ਸਾਰੇ ਵਿਅਕਤੀਆਂ ਨੇ ਆਪਣੇ ਮੋਟਰਸਾਈਕਲ ਵੱਢ ਕੇ ਉਹਨਾਂ ਦੇ ਪਿਛਲੇ ਪਾਸੇ ਰੇੜੇ ਲਗਾਏ ਹੋਏ ਹਨ। ਉਹਨਾਂ ਦੇ ਉੱਤੇ ਢੋਟਵਾਈ ਅਤੇ ਭਾੜੇ ਦਾ ਕੰਮ ਕਰਦੇ ਹਨ, ਜਦਕਿ ਇਹ ਵਿਅਕਤੀ ਸਰਕਾਰ ਨੂੰ ਕੋਈ ਵੀ ਟੈਕਸ ਨਹੀਂ ਦਿੰਦੇ ਅਤੇ ਇਹਨਾਂ ਮੋਟਰਸਾਈਕਲ ਰੇੜਾਂ ਦਾ ਕੋਈ ਵੀ ਕਾਗਜ਼ ਪੱਤਰ ਨਹੀਂ ਹੈ ਅਤੇ ਨਾ ਹੀ ਇਹਨਾਂ ਕੋਲ ਕੋਈ ਪਰਮਿਟ ਹੈ। ਇਹ ਰੇੜੇ ਪੰਜਾਬ ਸਰਕਾਰ ਵੱਲੋਂ ਨਾਮਜ਼ੂਰ ਕੀਤੇ ਗਏ ਹਨ। ਪੁਲਿਸ ਪ੍ਰਸ਼ਾਸਨ ਇਹਨਾਂ ਦਾ ਕੋਈ ਵੀ ਪੇਪਰ ਚੈੱਕ ਨਹੀਂ ਕਰਦੀ। ਇਹ ਜਗਾੜੂ ਰੇੜੇ ਭਾੜੇ ਦੇ ਕੰਮ ਲਈ ਨੁਕਸਾਨਦੇਹ ਸਿੱਧ ਹੁੰਦੇ ਹਨ। ਸਾਡੀ ਯੂਨੀਅਨ ਵਿੱਚੋਂ ਕੋਈ ਵੀ ਗੱਡੀ ਭਾੜੇ 'ਤੇ ਲੈ ਕੇ ਨਹੀਂ ਜਾਂਦਾ। ਅਸੀਂ ਪੰਜਾਬ ਸਰਕਾਰ ਨੂੰ ਰੋਡ ਟੈਕਸ, ਟੂਲ ਪਲਾਜ਼ਾ ਅਤੇ ਹੋਰ ਟੈਕਸ ਅਦਾ ਕਰਦੇ ਹਾਂ ਅਤੇ ਪੰਜਾਬ ਹਰਿਆਣਾ ਹਾਈਕੋਰਟ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਨੂੰ ਇਹ ਜਗਾੜੂ ਰੇੜਿਆਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹਨਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਪੰਜਾਬ ਹਰਿਆਣਾ ਹਾਈਕੋਰਟ ਦੀਆਂ ਹੁਕਮਾਂ ਦੀ ਪਾਲਣਾ ਕੀਤੀ ਜਾਵੇ। ਜੋ ਇਹ ਕਾਨੂੰਨ ਦੀ ਉਲੰਘਣਾ ਨਾ ਕਰਨ, ਸਾਡਾ ਟੈਂਪੂ ਜਨੂ ਅਤੇ ਫਲੋਰ ਦੇ ਜਗਾੜੂ ਰੇੜ ਵਾਲਿਆਂ ਨਾਲ ਕਿਸੇ ਵੀ ਤਕਰਾਰ ਪੈਦਾ ਹੋ ਸਕਦਾ ਹੈ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ। ਅਗਰ ਸਾਡੀ ਦਰਖਾਸਤ 'ਤੇ ਅਮਲ ਨਾ ਹੋਇਆ ਤਾਂ ਅਸੀਂ ਆਪਣੇ ਹੱਕਾਂ ਦੀ ਖਾਤਰ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ। ਸਾਡੀ ਯੂਨੀਅਨ ਵੱਲੋਂ ਫਲੋਰ ਦੇ ਹਰ ਪਾਸੇ ਤੋਂ ਲੰਘਣ ਵਾਲੇ ਰੋਡ ਬੰਦ ਕੀਤੇ ਜਾਣਗੇ, ਜਿਸ ਦਾ ਸਮਾਂ ਅਤੇ ਤਰੀਕ ਆਪ ਜੀ ਦੇ ਨੋਟਸ ਵਿੱਚ ਲਿਆਂਦੀ ਜਾਵੇਗੀ। ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਦੁਆਬਾ ਟੈਂਪੂ ਨੂੰ ਫਲੋਰ ਨੂੰ ਬੰਦ ਕਰਨ ਦੀ ਜ਼ਿੰਮੇਵਾਰ ਨਹੀਂ ਹੋਵੇਗੀ, ਪੁਲਿਸ ਪ੍ਰਸ਼ਾਸਨ ਖੁਦ ਜ਼ਿੰਮੇਵਾਰ ਹੋਵੇਗਾ। ਜੋ ਅਸੀਂ ਖੁਦ ਟੈਂਪੂ ਜਨੂ ਫਲੋਰ ਦੇ ਸਾਰੇ ਮੈਂਬਰ ਬੇਨਤੀ ਕਰਦੇ ਹਾਂ ਕਿ ਇਸ ਦਰਖਾਸਤ ਨੂੰ ਮੁੱਖ ਰੱਖਦੇ ਹੋਏ ਇਸ 'ਤੇ ਗੌਰ ਕੀਤੀ ਜਾਵੇ। ਦੁਆਬਾ ਟੈਂਪੂ ਨੂੰ ਫਲੋਰ ਆਪ ਜੀ ਦੇ ਧਿਆਨ ਵਿੱਚ ਲਿਆ ਰਿਹਾ ਹੈ ਕਿ ਸਾਡੀ ਇਸ ਦਰਖਾਸਤ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ। ਇਸ ਮੌਕੇ ਪ੍ਰਧਾਨ ਮਨਜੀਤ ਸਿੰਘ, ਸੰਜੀਵ ਕਲਿਆਣ, ਨਰਿੰਦਰ ਕੁਮਾਰ, ਹਰਜਿੰਦਰ ਸਿੰਘ, ਰਾਮ ਲਵਾਇਆ, ਭੁਪਿੰਦਰ ਸਿੰਘ, ਮਨਜੀਤ ਸਿੰਘ ਪ੍ਰਧਾਨ, ਵਿਨੋਦ ਕੁਮਾਰ, ਮੀਤ ਪ੍ਰਧਾਨ, ਬਲਵੀਰ ਰਾਮ, ਗੁਰਵਿੰਦਰ ਸਿੰਘ, ਰਾਜ ਕੁਮਾਰ, ਅਮਨਦੀਪ ਬੰਗੜ, ਗੁਰਪ੍ਰੀਤ ਰਾਣਾ ਅਤੇ ਹੋਰ ਸਾਥੀ ਹਾਜ਼ਰ ਸਨ। ਏਬੀਪੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਸੁਰਿੰਦਰ ਸਿੰਘ ਦੇ ਨਾਲ ਪ੍ਰਭਪਾਲ ਦੀ ਵਿਸ਼ੇਸ਼ ਰਿਪੋਰਟ। ਪ੍ਰਧਾਨ ਸਾਹਿਬ, ਤੁਸੀਂ ਅੱਜ ਐਸਡੀਐਮ ਫਲੋਰ ਨੂੰ ਇੱਕ ਮੰਗ ਪੱਤਰ ਦੇ ਕੇ ਆਓ, ਮੇਰਾ ਟਰੱਕ ਛੋਟੇ ਹਾਥੀ ਜੁਨੇ ਵਾਲਾ ਸਰ, ਕੀ ਤੁਹਾਡੀਆਂ ਮੰਗਾਂ ਹੈਗੀਆਂ ਸਰ? ਦੇਖੋ ਜੀ, ਸਾਡੀਆਂ ਮੰਗਾਂ ਸਰਕਾਰ ਮੂਹਰੇ ਆ ਜੀ, ਪੁਲਿਸ ਪ੍ਰਸ਼ਾਸਨ ਮੂਹਰੇ ਸਰ, ਮੰਗਾਂ ਇਹ ਆ ਸਾਡੀਆਂ, ਜੋ ਕਿ ਜਿਹੜੀਆਂ ਜਗਾੜੂ ਰੇੜੀਆਂ ਇੱਕ ਮੋਟਰਸਾਈਕਲ ਦੇ ਉੱਤੇ ਲਾ ਕੇ ਜਗਾੜ ਜਿਹਾ ਲਾ ਕੇ ਤਿਆਰ ਕੀਤਾ ਹੋਇਆ ਜੀ, ਉਹਦੇ ਵਿੱਚ ਕੀ ਆ ਜਗਾੜ ਦੇ ਉੱਤੇ? ਨਾ ਤਾਂ ਸਰਕਾਰ ਨੂੰ ਇਹਦੇ ਵਿੱਚ ਕੋਈ ਟੈਕਸ ਆ, ਕੋਈ ਇਹਦੀ ਕੋਈ ਪਾਸਿੰਗ ਨਹੀਂ, ਕੋਈ ਕੁਛ ਨਹੀਂ ਇਹਦਾ ਜੀ, ਠੀਕ ਹੈ ਜੀ। ਇਹਦੇ ਬਾਈ ਚਾਂਸ ਕੋਈ ਗੱਲ ਨੂੰ ਐਕਸੀਡੈਂਟ ਹੋ ਜਾਂਦਾ, ਕੋਈ ਗੱਲਬਾਤ ਹੋ ਜਾਂਦੀ ਆ, ਇਹਦੇ ਵਿੱਚ ਕੌਣ ਰਗੜਿਆ ਜਾਂਦਾ ਜੀ? ਦੂਜਾ ਨਾਲ ਦਾ ਬੰਦਾ ਰਗੜਿਆ ਜਾਂਦਾ ਜੀ। ਅੱਛਾ, ਇਹਨੂੰ ਪੁਲਿਸ ਪ੍ਰਸ਼ਾਸਨ ਪੈਸਾ ਧੇਲਾ ਦੇ ਕੇ ਇਹਨੂੰ ਛੱਡ ਦਿੰਦੀ ਆ ਜੀ, ਠੀਕ ਆ ਜੀ। ਫਿਰ ਇੱਕ ਦੂਜੀ ਗੱਲ ਜੀ, ਇਹਦੇ ਇੱਕ ਓਵਰ ਲੋਡ ਮੋਟਰਸਾਈਕਲ ਆ ਜਿਹੜਾ, ਉਹਦਾ ਆਪਾਂ ਚਲਾਨ ਕਰਦੇ ਹਾਂ, ਜਿਹੜਾ ਜਗਾੜੂ ਰੇੜੀ ਆ ਇਹਦਾ ਚਲਾਨ ਕਿਉਂ ਨਹੀਂ ਗਾ ਜੀ? ਉਹ ਤਾਂ ਆਲਰੇਡੀ ਸਰਕਾਰ ਬੰਦਾ ਉਹ ਤਾਂ ਕਰਦੀ ਹੈ ਚਲਾਨ, ਮੋਟੇ ਮੋਟੇ ਚਲਾਨ ਕਰ ਰਹੀ ਹੈ ਉਹਨਾਂ ਦਾ। ਦਿਖਾਓ ਜੀ, ਪ੍ਰੂਫ ਦੇ ਦਿਓ ਕਾਹਦੀ ਚਲਾਨ ਹੋ ਰਿਹਾ, ਕਿ ਇੱਕ ਮੋਟਰਸਾਈਕਲ ਦਾ ਚਲਾਨ ਕਰਦੀ ਆ, ਨਾ ਕਿ ਜਗਾੜੂ ਰੇੜੀ ਦਾ ਚਲਾਨ ਕਰਦੀ ਆ, ਜਦੋਂ ਸਾਡੀਆਂ ਗੱਡੀਆਂ ਦੇ ਓਵਰ ਲੋਡ ਆ। ਇੱਕ ਗੱਲ ਹੋਰ ਆ, ਇੱਕ ਫਲੋਰ ਦੇ ਵਿੱਚੋਂ ਵਿੱਚ ਇੱਕ ਇਦਾਂ ਦੀ ਫੈਕਟਰੀ ਹੈਗੀ ਆ ਜਿਹੜੇ ਸ਼ਰਿਆਂ ਮੋਟਰਸਾਈਕਲ ਵੱਢ ਕੇ ਰੇੜੇ ਬਣਾਉਂਦੇ ਆ, ਤੁਸੀਂ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕਰਵਾਉਂਦੇ? ਕਰਵਾ ਰਹੇ ਆ ਜੀ, ਇਹ ਪੁਲਿਸ ਪ੍ਰਸ਼ਾਸਨ ਥੋੜੇ ਜਿਹਾ ਦਬਾਅ ਜਾਈ ਆ, ਸਰਕਾਰ ਨੇ ਦਬਾਅ ਦਿੱਤਾ ਹੋਇਆ ਪੂਰਾ। ਤੁਸੀਂ ਮੇਰੀ ਗੱਲ ਨਹੀਂ ਸਮਝੇ, ਜੇ ਬੰਦਾ ਕੋਈ ਲੋਕਲ ਬਹਿ ਕੇ ਰੇੜੇ ਵੱਢ ਰਿਹਾ, ਮੋਟਰਸਾਈਕਲ ਵੱਢ ਰਿਹਾ ਹਾਂਜੀ, ਔਰ ਉਹ ਰੇੜੇ ਬਣਾ ਰਿਹਾ, ਤੁਸੀਂ ਉਹਨਾਂ ਤੇ ਕਾਰਵਾਈ ਕਰਾਉਣੀ ਕਰਦਾ? ਉਹ ਕਰੀ ਆਥੋਰਾਈਜ਼ ਕੋਈ ਫੈਕਟਰੀ ਹੈਗੀ ਆ? ਨਹੀਂ ਜੀ, ਕਾਰਵਾਈ ਉਹਨਾਂ ਦੇ ਕਰਾ ਰਹੇ ਹਾਂ ਅਸੀਂ, ਆਖੋ ਤਾਂ ਅਸੀਂ ਮਹਿਤਪੁਰ ਚ ਕਰਾ ਕੇ ਹਟੇ ਕਾਰਵਾਈ ਜੀ, ਦੋ ਪਰਚੇ ਵੀ ਹੋਏ ਆ, ਓਕੇ, ਅਸੀਂ ਖੁਦ ਪਰਚੇ ਵੀ ਕਰਾ ਕੇ ਹਟੇ ਆ। ਠੀਕ ਆ, ਹੁਣ ਤੁਹਾਡੀ ਕੀ ਮੰਗ ਹੈਗੀ? ਸਾਡੀ ਮੰਗ ਇਹ ਆ ਜੀ ਵੀ ਅਸੀਂ ਜਗਾੜੂ ਰੇੜੀਆਂ ਬੰਦ ਕਰਾਉਣਾ ਚਾਹੁੰਦੇ ਆ ਜੀ, ਜੇ ਨਹੀਂ ਇਹ ਸਰਕਾਰ ਸਾਡੀ ਸੁਣਵਾਈ ਹੁੰਦੀ, ਠੀਕ ਆ ਜੀ, ਲੰਬੇ ਸਗਲੇ ਧਰਨੇ ਵੀ ਸਾਡੇ ਜਾਰੀ ਕੀਤੇ ਗਏ ਨੇ, ਰੱਖੇ ਗਏ ਨੇ, ਠੀਕ ਆ ਜੀ, ਬਾਕੀ ਨਹੀਂ ਤਾਂ ਸਾਡੀ ਇਹ ਚੀਜ਼ ਵੀ ਸੁਣਵਾਈ ਕਰਦੀ ਸਰਕਾਰ, ਸਾਡੀ ਸੁਣਵਾਈ ਕਰੇ ਜਿਹੜੀਆਂ ਗੱਡੀਆਂ ਦੇ ਟੈਕਸ ਆ, ਪਾਸਿੰਗ ਆ, ਇੰਸ਼ੋਰੈਂਸ ਆ, ਠੀਕ ਆ ਜੀ, ਪੁਲਿਸ ਪ੍ਰਸ਼ਾਸਨ ਜਿਹੜੀ ਤੰਗ ਕਰਦੀ ਆ ਸਾਡੀਆਂ ਗੱਡੀਆਂ ਨੂੰ, ਇਹ ਖਤਮ ਕਰ ਦਿਓ ਜੀ, ਸਾਨੂੰ ਹੋਰ ਕੋਈ ਸਮੱਸਿਆ ਨਹੀਂ, ਸਾਡੇ ਕੋਈ ਰੇੜੀਆਂ ਨਾਲ ਕੋਈ ਰੌਲਾ ਨਹੀਂ, ਸਾਡੇ ਟੈਕਸ ਪਾਸਿੰਗ ਮਾਫ਼ ਕਰ ਦਿਓ। ਸਰ, ਅੱਜ ਛੋਟਾ ਹਾਥੀ ਜੁਨਨ ਜਿਹੜੀ ਹੈਗੀ ਆ ਇੱਥੋਂ ਦੀ ਫਲੋਰ ਦੀ ਹੈਗੀ ਆ, ਉਹਨਾਂ ਦੇ ਤਮਾਮ ਜਿਹੜੇ ਬੰਦੇ ਜਿਹੜੇ ਇਕੱਠੇ ਹੋ ਕੇ ਅਸੀਂ ਫਲੋਰ ਨੂੰ ਇੱਕ ਮੰਗ ਪੱਤਰ ਦੇਣ ਆਏ ਆ ਜਗਾੜੂ ਰੇੜਿਆਂ ਦੇ ਖਿਲਾਫ ਨਾ, ਬਿਲਕੁਲ, ਕੀ ਤੁਹਾਡੀਆਂ ਮੰਗਾਂ ਹੈਗੀਆਂ ਸਰ? ਸਾਡੀਆਂ ਮੰਗਾਂ ਇਹੀ ਆ ਵੀ ਜਿਹੜੇ ਛੋਟੇ ਜਗਾੜੂ ਰੇੜੇ ਆ, ਸਭ ਤੋਂ ਪਹਿਲਾਂ ਇਹਨਾਂ ਨੂੰ ਬੰਦ ਕਰਾਇਆ ਜਾਵੇ, ਕਿਉਂਕਿ ਸਾਡੀਆਂ ਜਿਹੜੀਆਂ ਗੱਡੀਆਂ ਆ ਉਹ ਬਿਲਕੁਲ ਪਾਸਡ ਗੱਡੀਆਂ ਆ, ਅਸੀਂ ਰੋਡ ਟੈਕਸ, ਸਾਡੇ ਜਿਹੜੇ ਭਰਾ ਆ ਇਹ ਰੋਡ ਟੈਕਸ ਵੀ ਦਿੰਦੇ ਆ, ਔਰ ਰੋਡ ਟੈਕਸ ਤੋਂ ਇਲਾਵਾ
ਜਿਹੜਾ ਇਹਨਾਂ ਦਾ ਇੰਸ਼ੋਰੈਂਸ ਆ, ਇਹ ਸਾਰਾ ਕੁਛ ਜੋ ਕੁਛ ਵੀ ਕਾਰਵਾਈ ਗੌਰਮੈਂਟ ਦੀ ਹੁੰਦੀ ਹੈ ਉਹਨੂੰ ਸਾਰੀ ਨੂੰ ਪੂਰਾ ਕਰਦੇ ਆ। ਪਰ ਜਿਹੜੇ ਛੋਟੇ ਜਗਾੜੂ ਜਿਹੜੇ ਆ ਉਹ ਇੱਕ ਛੋਟਾ ਜਿਹਾ ਮੋਟਰਸਾਈਕਲ ਲੈਂਦੇ ਆ, ਮੋਟਰਸਾਈਕਲ ਦੀਆਂ 3 ਸਵਾਰੀਆਂ ਬੈਠੀਆਂ ਹੋਣ ਤਾਂ ਉਹਦਾ ਚਲਾਨ ਹੋ ਜਾਂਦਾ, ਪਰ ਓਵਰਲੋਡਿੰਗ ਇੰਨੀ ਹੋ ਜਾਵੇ ਤਾਂ ਉਹਦਾ ਚਲਾਨ ਜਿਹੜਾ ਸਰਕਾਰ ਨਹੀਂ ਕਰਦੀ। ਪਿੱਛੇ ਜੀ ਡਾਇਰੈਕਟਰ ਸਾਹਿਬ ਨੇ ਇਹਨਾਂ ਨੂੰ ਇੱਕ ਮੈਸੇਜ ਭੇਜਿਆ ਸੀ ਸਾਰਿਆਂ ਨੂੰ ਵੀ ਜਗਾੜੂ ਜਿਹੜੇ ਆ ਇਹ ਬੰਦ ਕੀਤੇ ਜਾਣ। ਲੇਕਿਨ ਸਾਡੇ ਜਿਹੜੇ ਮਹੱਤਵ ਲੋਕ ਸੀਗੇ, ਗਰੀਬ ਲੋਕ ਸੀਗੇ, ਇਹਨਾਂ ਨੂੰ ਬਹੁਤ ਹੀ ਜਾਣਦਾ, ਮੈਂ ਇਹ ਕਹੂੰਗਾ ਵੀ ਸਾਨੂੰ ਬਹੁਤ ਨੌਲੇਜ ਨਹੀਂ ਸੀਗੀ, ਪਰ ਉਸ ਵੇਲੇ ਦੀ ਪੁਲਿਸ ਪ੍ਰਸ਼ਾਸਨ ਨੇ ਸਾਡੇ ਦੇ ਇਹਨਾਂ ਸੱਜਣਾਂ ਉੱਤੇ ਦਬਾਅ ਪਵਾ ਕੇ ਰਾਜ਼ੀਨਾਮਾ ਕਰਾਉਣ ਦੀ ਕੋਸ਼ਿਸ਼ ਕੀਤੀ ਵੀ ਜਲਦੀ ਜਲਦੀ ਰਾਜ਼ੀਨਾਮਾ ਕਰਾ ਦਿਓ ਅਤੇ ਆਪਣਾ ਹਾਈਕੋਰਟ 'ਚ ਜਾ ਕੇ ਜਿਹੜੇ ਜਾਂ ਅਫੀਸਰ ਸਾਹਿਬਾਨ ਦੇ ਕਾਗਜ਼ ਜਿਹੜੇ ਉਹ ਫਿਲ ਕਰ ਦਿਓ ਅਤੇ ਇਹਨਾਂ ਨੂੰ ਖੁੱਲ੍ਹ ਦਿੱਤੀ ਜਾਵੇ। ਉਹਨਾਂ ਦੀ ਕੀ ਸਾਂਠ ਗਾਂਠ ਹੈ ਉਹਨਾਂ ਦੇ ਨਾਲ, ਇਹ ਉਹੀ ਜਾਣਦੇ ਆ ਵੀ ਪੰਜਾਬ ਪੁਲਿਸ ਜਿਹੜੀ ਉਹਨਾਂ ਨੂੰ ਕਿਉਂ ਨਹੀਂ ਬੰਦ ਕਰਵਾ। ਇੱਕ ਫਲੋਰ ਦੇ ਨਜ਼ਦੀਕ ਸੈਫਾਬਾਦ ਵਿੱਚ ਇੱਕ ਸਰਦਾਰ ਜੀ ਬੈਠੇ ਹੈਗੇ ਆ ਜਿਹੜੇ ਸ਼ਰਿਆਂ ਦਿਨ ਦਿਹਾੜੇ ਉਹ ਮੋਟਰ ਨੇ ਵੱਢ ਕੇ ਰੇੜਾ ਬਣਾਉਂਦੇ ਹੈਗੇ ਆ, ਠੀਕ ਹੈ ਨਾ, ਅਨਲੀਗਲ ਹੈਗਾ ਸਾਰਾ, ਕੋਈ ਆਥੋਰਾਈਜ਼ ਨਹੀਂ ਹੈਗਾ, ਤੁਸੀਂ ਉਹਨਾਂ ਤੇ ਵੀ ਕਾਰਵਾਈ ਕਰਵਾ ਰਹੇ ਹੋ? ਪ੍ਰਭੂ ਜੀ ਬੇਨਤੀ ਇਹ ਆ ਕਿ ਸਾਡੀ ਨੌਲੇਜ ਵਿੱਚ ਇਹ ਗੱਲ ਆ ਗਈ ਆ, ਅਸੀਂ ਸਭ ਤੋਂ ਪਹਿਲਾਂ ਉਹ ਬੰਦਾ ਜਿੱਦਾਂ ਕਹਿੰਦੇ ਹੁੰਦੇ ਚੋਰ ਨੂੰ ਨਹੀਂ ਚੋਰ ਦੀ ਮਾਂ ਨੂੰ ਮਾਰੋ, ਅਸੀਂ ਸਭਨਾਂ ਤੋਂ ਪਹਿਲਾਂ ਅੱਜੇ ਹੀ ਉਸ ਬੰਦੇ ਦੇ ਵਿਰੁੱਧ ਸਾਰੀ ਦੁਆਬਾ ਯੂਨੀਅਨ ਔਰ ਸਾਡੇ ਭਾਈ ਸਾਹਿਬ ਨਵੇਂ ਸ਼ਹਿਰ ਤੋਂ ਆਏ ਆ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਲੁਧਿਆਣੇ ਦੇ, ਔਰ ਇਹਨਾਂ ਨੂੰ ਨਾਲ ਲੈ ਕੇ ਅਸੀਂ ਅੱਜੇ ਹੀ ਥਾਣੇ ਜਾ ਕੇ ਉਹਨਾਂ ਦੇ ਖਿਲਾਫ਼ ਕੰਪਲੇਂਟ ਕਰਾਂਗੇ। ਔਰ ਜਿਹੜੇ ਜਗਾੜੂ ਜਿਹੜੇ 2 ਨੰਬਰ ਦਾ ਧੰਦੇ ਵਿੱਚ ਬਣਾ ਰਹੇ ਆ ਉਹਨਾਂ ਉੱਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਉਹ ਅਸੀਂ ਕਰਾਵਾਂਗੇ। ਹੁਣ ਐਸਡੀਐਮ ਸਾਹਿਬ ਨੇ ਕੀ ਆਸ਼ਵਾਸਨ ਦਿੱਤਾ? ਐਸਡੀਐਮ ਸਾਹਿਬ ਨੇ ਸਾਨੂੰ ਆਸ਼ਵਾਸਨ ਦਿਵਾਇਆ ਵੀ ਤੁਸੀਂ ਡੀਐਸਪੀ ਸਾਹਿਬ ਨਾਲ ਵੀ ਸੰਪਰਕ ਕਰੋ, ਮੈਂ ਵੀ ਡੀਐਸਪੀ ਸਾਹਿਬ ਨੂੰ ਕਹਿੰਦਾ ਤੇ ਬਹੁਤ ਜਲਦੀ ਜਿਹੜੇ ਇਹ ਜਗਾੜੂ ਜਿਹੜੇ ਆ ਇਹ ਬੰਦ ਕਰਾ ਦਿੱਤੇ ਜਾਣਗੇ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।